वीरे मैं सोच रही हूँ मैं कुड़ी दी थां पराली ना होंदी। पराली ना होंदी? समझे नहीं मैं की कहंदी है तू? सारा दिन फोन च बड़िया रहना है, कोई काम कुम भी कर लिया कर। ओ टिक जा अखबार फड़ ला चुप करके। कोई चज दी खबर तो आउंदी नहीं इहदे च। ओ की रौला पाया तुसी दोवां ने, 24 घंटे जा देखो लड़दे ही रहंदे आ। ले मैनू फड़ा अखबार, मैं भी पढ़ लवां। तुसी पढ़ लो, सारियां बुरियां खबरां तां नहीं इहदे च। ओहो बुराई चंगाई तां अपने अंदर हुंदी आ। वैसे आपां लोकी बुरियां खबरां पढ़नियां पसंद करदे आ, तां अखबार वाले बुरियां छापदे आ, चंगियां कोई पढ़ना पसंद तां करदा नहीं आ। ਤੁਸੀਂ ਲੱਭ ਲਓ ਇਹਦੇ ਚੋਂ ਚੰਗੀ ਚੀਜ਼, ਮੈਂ ਤਾਂ ਚੱਲੀ ਹਾਂ। ਤਾਂ ਕੋਈ ਨਹੀਂ, ਲੱਭ ਲੈਂਦੇ ਹਾਂ। ਪਰਾਲੀ ਸਾੜਨ ਵਾਲੇ ਨੂੰ 1 ਕਰੋੜ ਦਾ ਜੁਰਮਾਨਾ ਤੇ 7 ਸਾਲ ਦੀ ਸਜ਼ਾ। ਵਾਹ, ਸਰਕਾਰ ਵੱਲੋਂ ਪੰਜਾਬ ਨੂੰ ਇੱਕ ਹੋਰ ਤੋਹਫਾ। ਬੱਲੇ ਤੋਹਫਾ ਭਾਜੀ, ਦੀਵਾਲੀ ਤਾਂ ਲੰਘ ਗਈ, ਸਰਕਾਰ ਤੋਹਫੇ ਕਦੇ ਦੇਈ ਜਾਂਦੀ ਹੈ? ਤੋਹਫੇ ਤਾਂ ਮਿੱਤਰਾਂ ਪੰਜਾਬ ਨੂੰ ਹੁਣ ਮਿਲੇ ਹੀ ਜਾਣੇ ਆ। ਤਾਂ ਪਹਿਲਾਂ ਕਾਲੇ ਕਾਨੂੰਨ ਦੇ ਤੋਹਫੇ, ਹੁਣ ਆ ਪਰਾਲੀ ਵਾਲਾ ਤੋਹਫਾ। ਤਕੜੇ ਹੋ ਜਾਓ ਮਿੱਤਰਾ, ਤੋਹਫੇ ਦੇ ਤੋਹਫੇ ਆਉਣੇ ਆ ਸਰਕਾਰ ਵੱਲੋਂ। ਵੀਰੇ ਸਰਕਾਰ ਪੰਜਾਬ ਦੇ ਮਗਰ ਕਿਉਂ ਪੈ ਗਈ ਆ? ਛੋਟੇ ਵੀਰ, ਪੰਜਾਬ ਅਜਿਹੀ ਕੌਮ ਆ ਨਾ ਜਿਹੜੀ ਸ਼ੁਰੂ ਤੋਂ ਹੀ ਜੁਝਾਰੂ ਰਹੀ ਆ। ਉਹ ਆਪਣੇ ਬਾਪੂ ਨੇ ਵੀ ਗੱਲ ਸੁਣਾਉਂਦੇ ਹੁੰਦੇ ਸੀ ਨਾ, ਕਹਿੰਦੇ ਵੀ ਖਾਧਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹੇ ਦਾ। ਇਹ ਹੁਣ ਸਰਕਾਰਾਂ ਨੂੰ ਪਤਾ ਹੈ ਵੀ ਇਹ ਉਹ ਕੌਮ ਆ ਜਿਹੜੀ ਆਪਣੇ ਹੱਕ ਲੈਣੇ ਜਾਣਦੀ, ਇਹਨਾਂ ਨੂੰ ਹੁਣ ਹੁਣ ਦੱਬ ਲਈਏ। ਮੈਂ ਤਾਂ ਹੀ ਕਹਿੰਦਾ ਹੁਣ ਕਾਕਾ, ਫੋਨਾਂ ਨੇ ਕੁਛ ਨਹੀਂ ਦੇਣਾ, ਜੋ ਵੀ ਦੇਣਾ ਜਨੂੰਨਾਂ ਨੇ ਦੇਣਾ। ਐਵੇਂ 24 ਘੰਟੇ ਫੋਨ ਚ ਬੜੇ ਰਿਹਾ ਕਰੋ। ਠੀਕ ਆ, ਫੋਨ 'ਚ ਵੀ ਚੰਗੀਆਂ ਚੀਜ਼ਾਂ ਆ, ਬਟ ਫਿਰ ਵੀ ਆਪਣੇ ਹੱਕਾਂ ਲਈ ਆਵਾਜ਼ ਉਠਾਉਣੀ ਸਿੱਖੋ। ਤੈਨੂੰ ਪਤਾ ਸੀ ਹੁਣ ਅਖਬਾਰ 'ਚ ਖਬਰ ਆਈ ਆ ਕਿ ਪਰਾਲੀ ਸਾੜਨ 'ਤੇ 1 ਕਰੋੜ ਦਾ ਜੁਰਮਾਨਾ ਤੇ 7 ਸਾਲ ਦੀ ਸਜ਼ਾ? ਨਹੀਂ ਪਤਾ ਸੀ ਨਾ? ਨਹੀਂ ਤਾਂ ਫਿਰ ਆਪਾਂ ਹੀ ਪਰਾਲੀ ਨੂੰ ਅੱਗ ਲਾਉਣੀ ਆ ਨਾ, ਆਪਾਂ ਨੂੰ ਹੀ ਸਜ਼ਾ ਹੋਣੀ ਆ। ਜ਼ਰੂਰੀ ਨਹੀਂ ਵੀ ਸਾਡੇ ਬਾਪੂ ਦੀ ਹੀ ਜ਼ਿੰਮੇਵਾਰੀ ਆ, ਇਹ ਆਪਾਂ ਵੀ ਦੇਖਣੀ ਇਹ ਚੀਜ਼ਾਂ, ਅਤੇ ਆਪਣੇ ਬਾਪੂ ਨੂੰ ਹੀ ਦੱਸਣੀ ਆ, ਅਤੇ ਆਪਾਂ ਸੋਚਣਾ ਆ ਵੀ ਕੀ ਕਰਨਾ। ਜੇ ਪਰਾਲੀ ਨੂੰ ਸਾੜੀਏ ਨਾ ਫਿਰ ਕਰੀਏ ਕੀ? ਇਹੀ ਤਾਂ ਸਵਾਲ ਅਸੀਂ ਸਰਕਾਰ ਕੋਲੋਂ ਪੁੱਛਦੇ ਹਾਂ। ਉਹ ਕਹਿੰਦੇ ਵੀ ਤੁਸੀਂ ਵਿੱਚੇ ਵਾਹ ਦਿਓ। ਹੁਣ ਆਪਾਂ ਵਿੱਚੇ ਵਾਹ ਦਿੰਦੇ ਹਾਂ ਅਤੇ ਜਦੋਂ ਦੁਬਾਰਾ ਆਪਾਂ ਅਗਲੀ ਫਸਲ ਬੀਜਦੇ ਹਾਂ ਤਾਂ ਉਹਨੂੰ ਸੁੰਡੀ ਪੈ ਜਾਂਦੀ ਆ, ਸਾਡੀ ਅਗਲੀ ਫਸਲ ਖਰਾਬ ਹੋ ਜਾਂਦੀ ਆ। ਹੁਣ ਸਰਕਾਰਾਂ ਨੂੰ ਇਹਦਾ ਅਲਟਰਨੇਟ ਤਾਂ ਸਾਨੂੰ ਦੇਣਾ ਚਾਹੀਦਾ। ਸਰਕਾਰਾਂ ਨੂੰ ਕਿਸਾਨ ਤਾਂ ਇੱਥੋਂ ਤੱਕ ਕਹਿੰਦੇ ਆ ਕਿ ਤੁਸੀਂ ਫ੍ਰੀ 'ਚ ਸਾਡੀ ਪਰਾਲੀ ਚੱਕ ਕੇ ਲੈ ਜਾਓ, ਪਰ ਸਰਕਾਰਾਂ ਕੋਈ ਰਾਹ ਪੱਲਾ ਤਾਂ ਫੜਾਉਣ। ਹੁਣ ਕਿਸਾਨ ਵਿਚਾਰਾ ਇਕੱਲਾ ਜਾਵੇ ਤਾਂ ਕਿੱਧਰ ਜਾਵੇ? ਇਹ ਤਾਂ ਪੰਜਾਬ ਦੇ ਹੁਣ ਸਿਮਰਨ ਨੂੰ ਕੀ ਹੋ ਗਿਆ? ਸਿਮਰਨ ਕੀ ਹੋ ਗਿਆ? ਕੀ ਹੋ ਗਿਆ ਸਿਮਰਨ? ਕੀ ਹੋਇਆ? ਕੀ ਹੋਇਆ ਸਿਮਰਨ? ਕੀ ਹੋਇਆ? ਕੀ ਹੋਇਆ? ਕੀ ਹੋਇਆ ਭੈਣੇ? ਵੀਰੇ ਆਪਣੇ ਪੰਜਾਬ ਦੇ ਵਿੱਚ ਨਾ 8 ਸਾਲ ਦੀ ਕੁੜੀ ਨੂੰ ਇੱਕ ਦਾਦੇ ਤੇ ਪੋਤੇ ਨੇ ਬਲਾਤਕਾਰ ਕਰਕੇ ਅੱਗ ਲਾਤੀ। ਕਿੱਥੇ? ਪੰਜਾਬ 'ਚ ਵੀਰੇ। ਪਤਾ ਨਹੀਂ ਆਪਣੇ ਪੰਜਾਬ 'ਚ ਵੀ ਕਿਹੋ ਕਿਹੋ ਜਿਹੀਆਂ ਖਬਰਾਂ ਆਉਣ ਲੱਗ ਪਈਆਂ। ਪਹਿਲਾਂ ਤਾਂ ਬਾਹਰ ਹੀ ਸੁਣਦੀਆਂ ਸੀ, ਨਜ਼ਰ ਹੀ ਲੱਗ ਗਈ ਸਾਡੇ ਪੰਜਾਬ ਨੂੰ। ਵੀਰੇ ਮੈਂ ਨਹੀਂ ਸਕੂਲ ਜਾਣਾ ਅੱਜ ਤੋਂ। ਕੁਛ ਨਹੀਂ ਹੁੰਦਾ, ਚੁੱਪ ਕਰ ਦੂੰ ਮੇਰੇ ਬੈਠ ਤੋਂ। ਛੋਟੋ ਪਾਣੀ ਲੈ ਗਿਆ ਤੂੰ? ਚੁੱਪ ਕਰ, ਚੁੱਪ ਕਰ, ਅਸੀਂ ਤੇਰੇ ਨਾਲ ਆ ਨਾ, ਤੂੰ ਕਦੇ ਡਰੀ ਜਾਣੀ ਆ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਇੱਦਾਂ ਦੇ ਬੰਦਿਆਂ ਨੂੰ ਉਹਨਾਂ ਦਾ ਕਰਮਾ ਦੀ ਸਜ਼ਾ ਰੱਬ ਆਪ ਦਿੰਦਾ। ਚੁੱਪ ਕਰਦਾ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਕੀ ਸੋਚ ਜਾਂਦੀ ਖੜੀ ਸਿਮਰਨ? ਵੀਰੇ ਮੈਂ ਸੋਚ ਰਹੀ ਹਾਂ ਮੈਂ ਕੁੜੀ ਦੀ ਥਾਂ ਪਰਾਲੀ ਨਾ ਹੁੰਦੀ। ਪਰਾਲੀ ਨਾ ਹੁੰਦੀ? ਸਮਝ ਨਹੀਂ ਮੈਂ ਕੀ ਕਹਿੰਦੀ ਹੈ ਤੂੰ? ਮੈਨੂੰ ਪਰਾਲੀ ਹੋਣਾ ਚਾਹੀਦਾ ਸੀ ਸ਼ਾਇਦ। ਕਿਉਂ, ਕੀ ਗੱਲ ਹੋ ਗਈ? ਵੀਰੇ ਪਰਾਲੀ ਨੂੰ ਸਾੜਨ 'ਤੇ 1 ਕਰੋੜ ਦਾ ਜੁਰਮਾਨਾ ਅਤੇ 7 ਸਾਲ ਦੀ ਸਜ਼ਾ ਸਰਕਾਰ ਨੇ ਐਲਾਨ ਕੀਤੀ ਹੈ, ਅਤੇ ਕੁੜੀਆਂ ਨੂੰ ਸਾੜਨ 'ਤੇ ਕੋਈ ਸਜ਼ਾ ਨਹੀਂ। ਸਰਕਾਰ ਸਰਕਾਰ ਦੇ ਨਾਲ ਆਪਾਂ ਕਿੱਥੇ ਲੜ ਸਕਦੇ ਹਾਂ? ਸਰਕਾਰ ਨੂੰ ਕੌਣ ਸਮਝਾ ਸਕਦਾ ਇਹਨਾਂ ਗੱਲਾਂ? ਜੇ ਸਰਕਾਰ ਨੇ ਆਪਾਂ ਲੜ ਸਕਦੇ ਹੁੰਦੇ ਤਾਂ ਆਪਣੇ ਮੁਲਕ ਦਾ ਅੱਜ ਹਾਲਾਤ ਕੁਛ ਹੋਰ ਹੋਣੇ ਸੀ। ਪਰ ਇੱਦਾਂ ਹਿੰਮਤ ਹਾਰ ਕੇ ਤਾਂ ਕੁਛ ਨਹੀਂ ਨਾ ਸਰਨਾ। ਸਾਨੂੰ ਰੱਬ ਨੇ ਜਿਸ ਜੂਨੇ ਪਾਇਆ ਉਸ ਜੂਨ ਦੇ ਵਿੱਚ ਅਸੀਂ ਆਪਣੇ ਹਿਸਾਬ ਦੇ ਨਾਲ ਜੀਣਾ। ਕਿਵੇਂ ਜੀਵੇ ਇੱਕ ਕੁੜੀ, ਥਾਂ ਥਾਂ ਤਾਂ ਉਹਨੂੰ ਨੋਚਣ ਵਾਲੇ ਦਰਿੰਦੇ ਬੈਠੇ ਨੇ।
खुद ते भरोसा रखना सीखना पैना। तेनू पता होना चाहिए कि जे कोई मेरे नाल गलत करता तो मैं उहदा मूंह किदां तोड़ना। तेरे दिल च हौसला होना चाहिए कि जे मैं किसी दी अखां कढ दित्तियां तां मेरे वीर मेरे नाल आ, मैनू कोई कुछ कहूगा नहीं। हाँ मैनू पता भी जदों भी कुछ इदां दा हुंदा कुड़ी दे दिल च इक डर पै जांदा, इक डर हुंदा उहदे दिल दे विच कि मेरा परिवार मेरा साथ दऊगा कि नहीं दऊगा। साडे लोकां दी भी गलती आ, किते ना किते कुड़ियां नूं इह सिखाउणा चाहीदा कि जदों कोई उहनां लख चक्कदा तां उहनां दी अख कढ के घरे किदां आउणा। कोई गल नहीं, टाइम लगू इस चीज़ में, शायद साढ़े मुल्क च भी यह जी चीज़ा हो जाए। बट जे आप सरकारां ते सब कुछ सुट दिता ना, फिर नहीं, सानू अपने आप नू बदलना पऊगा अपने आप। कुड़िए थल्ले आ जा, रोटी बनाउणी सिख लै, नहीं तो तेरे सहुरिआं तो लांबा आऊगा। वीरे मैं पहला गोल रोटी बनाउणी सिखा वा। कोई गल नहीं मां, गोल रोटी नहीं बनती ना सही, वह लांबा सह लवेंगे तो सहुरिआं का, पर मेरी भैन ने मैनू लांबा दे कि उहदे वीर ने उहनू दुनिया दे विच रहना नहीं सिखाया। तेनू मैं दसदा अज भी दुनिया दे विच रहना किद्दां आ, की करना की नहीं करना। गल याद रख, कोई भी देखदा लगे भी आले दुआले माहौल बिगड़ रहा, हर कोई ना कोई सेफ्टी की चीज़ तेरे परस होनी चाहिए आ, चाहे कैंची चाहे कर्द चाहे आपां अपने रसोई चों भी लिजा सकते हैं लाल मिर्चा। जदों भी लगे ना माहौल बिगड़ रहा है कितों घबरन की लोड़ नहीं, दिल च यही होना चाहिए कि मैनू डर आ भी की हो दुनिया की होगी, तेरा भरा तेरे नाल उहदे नाल मार के आ जी, अखां कढ के आ जी, तेरा वीर तेनू आप ही सांभलूगा। जिद्दण भैणां नूं उहदे भरा उहनां दे माँ बाप यही हौसला देण लग पए ना भी कोई चक्कर नहीं भैणे, तेरे वल कोई गलत निगाह ना देखदा, उहदे गल ते टका के चपेड़ मार, उदण किसी भी मुंडे का हौसला नहीं पऊगा किसी भी कुड़ी वल देखण दा। पर एक गल दा ख्याल यह भी रखना है, किसी गलत अपनी जिद पगाउण लई किसी बेकसूर मापिआं दे पुत दे नाल नजायज़ भी नहीं करनी, क्योंकि परमात्मा तो वड्डा कोई नहीं। जे अज तुसीं किसी नाल नजायज़ करोगे फिर वह पलट के अपने ते आउंदी आ। ठीक आ, चल हुण आपां थल्ले चलीए, रोज़ तैनू कुछ ना कुछ सिखाया करूँगा, मेरी जिम्मेवारी आ। मैं डैडी जी नूं भी कहूँगा कोल बैठ, वो तैनू दसणगे की करना की नहीं करना, पर तेरे दिल दे विच हौसला होना चाहिए कि तेरा परिवार ते तेरा वीर तेरे नाल खड़ा है। जदों भी कोई तेरे वल माड़ी अख नाल देखे उहदी धौण लाउण लगी ने, सोचना नहीं, अपने वीर कोल आ जाणा, वो तेरे नाल हर वेले, डरना नहीं। चल हुण गोल रोटी आपां इकट्ठे बणाउंदे आ। जाए हो रोटी बिंगी टेढ़ी भी चल जाऊगी, जरूरी नहीं कि बस गोल होवे, पर किवें आजादी नाल जीउणा इस जग विच, इह हौसला हर धी भैण कोल होवे। सिखाओ उहनां नूं कि किवें उहनां वल आउंदियां माड़ियां नज़रां नूं ओह कढ देवे, मर्यादा भुल जावे, जद कोई अपणी तां धौण उसदी वढ देवे ते धौण उसदी वढ देवे।